ਵੈਲਕਮ ਬੈਕ ਬਹੁਤ ਬਹੁਤ ਸਵਾਗਤ ਹੈ ਜੀ ਕਰੇਲੂ ਇਲਾਜ ਅੱਜ ਫਿਰ ਇੱਕ ਸ਼ਾਨਦਾਰ ਗਜ਼ਬ ਦਾ ਐਕਸਪੀਰੀਅੰਸ ਦੱਸਣ ਜਾ ਰਹੇ ਹਾਂ ਅੱਜ ਦਾ ਵੀਡੀਓ ਵਿਟਾਮਿਨ ਡੀ ਤੇ ਹੈ ਠੀਕ ਹੈ ਪੂਰਾ ਇੱਕ ਐਕਸਪੀਰੀਅੰਸ ਦੱਸਾਂਗਾ ਕੈਨੇਡਾ ਤੋਂ ਇੱਕ ਪਰਸਨ ਆਈ ਸੀ ਕਿ 2 ਮਹੀਨੇ ਪਹਿਲਾਂ ਗੋਡੇ 'ਚ ਬੇਤਿਹਾਸ਼ਾ ਦਰਦ ਔਰ ਵਿਟਾਮਿਨ ਡੀ ਕਹਿੰਦੇ ਜੀ ਮਤਲਬ ਮੈਂ ਇੰਨਾ ਕੁਝ ਖਾਣਾ ਪੀਣਾ ਹੈ ਲੇਕਿਨ ਉਸ ਦੇ ਬਾਵਜੂਦ ਦਵਾਈਆਂ ਲੈਣ ਦੇ ਬਾਵਜੂਦ ਮੇਰਾ ਵਿਟਾਮਿਨ ਡੀ ਨਹੀਂ ਵੱਧਦਾ ਔਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੇਰਾ ਹਾਲ ਖਰਾਬ ਹੋਣ ਵਾਲਾ ਹੈ ਕਿਉਂ ਕਿਉਂਕਿ ਥਕਾਵਟ ਬਹੁਤ ਜ਼ਿਆਦਾ ਰਹਿਣੀ ਸ਼ੁਰੂ ਹੋ ਗਈ ਹੈ ਫਟੀਕ ਬਹੁਤ ਜ਼ਿਆਦਾ ਹੈ ਮਸਲਜ਼ ਪੇਨ ਕਰਦੀਆਂ ਬਾਡੀ ਪੇਨ ਕਰਦੀ ਹੈ ਸੁਸ ਸੁਸਤ ਜਿਹਾ ਮਹਿਸੂਸ ਕਰਦਾ ਤੇ ਮੈਨੂੰ ਕੁਝ ਦੱਸੋ ਇਹਦੇ ਬਾਰੇ ਤੇ ਉਹ ਇੰਡੀਆ ਆਏ ਹੋਏ ਸੀਗੇ ਬਾਈ ਚਾਂਸ ਸੀ ਤੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਤੇ ਮੈਂ ਉਹਨਾਂ ਨੂੰ ਕੁਝ ਚੀਜ਼ਾਂ ਸੁਜੈਸਟ ਕੀਤੀਆਂ ਔਰ 2 ਮਹੀਨੇ ਬਾਅਦ ਉਹਨਾਂ ਨੇ ਮੈਨੂੰ ਵੀਡੀਓ ਭੇਜਿਆ ਫਟਾਫਟ ਚੱਲਦਿਆਂ ਹੋਏ ਦਾ ਔਰ ਕਿੱਥੇ ਪਹਿਲਾ ਵੀਡੀਓ ਜਿਹੜਾ ਆਇਆ ਸੀ ਉਹ ਐਨ ਲਚਕ ਕੇ ਚੱਲ ਰਹੇ ਸੀਗੇ ਗੋਡਾ ਉਹਨਾਂ ਦਾ ਇੰਨਾ ਪੇਨ ਕਰਦਾ ਸੀ ਕੁਝ ਕਹਿਣ ਦੀ ਗੱਲ ਨਹੀਂ ਮੈਂ ਉਹਨਾਂ ਨੂੰ ਕਿਹਾ ਦੱਸਿਆ ਕਿਆ ਕਿਆ ਚੀਜ਼ਾਂ ਰეკਮੈਂਡ ਕੀਤੀਆਂ ਬੜੀਆਂ ਆਸਾਨ ਜੜੀਆਂ ਕਿ ਤੁਸੀਂ ਇੰਡੀਆ 'ਚ ਰਹਿੰਦੇ ਆ ਰਹਿੰਦੇ ਆ ਪੰਜਾਬ ਦੇ ਵਿੱਚ ਰਹਿੰਦੇ ਰਹਿੰਦੇ ਆ ਉਹਨਾਂ ਦਾ ਇਸਤੇਮਾਲ ਕਰ ਸਕਦੇ ਹੋ ਇਸ ਵੀਡੀਓ ਚਾਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਇਸ ਵੀਡੀਓ ਨੂੰ ਸਕਿਪ ਨਾ ਕਰਨਾ ਕਿਉਂਕਿ ਇੱਕ ਇੱਕ ਵਰਡ ਇੱਕ ਇੱਕ ਇਨਫੋਰਮੇਸ਼ਨ ਵਾਕਈ ਬੜੀ ਕੰਮ ਦੀ ਹੈ ਠੀਕ ਹੈ ਵਿਟਾਮਿਨ ਡੀ ਵਿਟਾਮਿਨ ਡੀ ਜਦੋਂ ਉਹਨਾਂ ਨੂੰ ਕਮੀ ਹੋਈ ਉਹਨਾਂ ਨੇ ਕਿਹਾ ਜੀ ਮੈਂ ਦੁੱਧ 'ਚ ਪਾ ਕੇ ਪੌਚ ਵੀ ਬੜੇ ਲਿੱਤੇ ਠੀਕ ਹੈ ਜੀ ਹਫ਼ਤੇ 'ਚ ਇੱਕ ਵਾਰ ਮੈਂ ਦੁੱਧ ਦਾ ਪੌਚ ਦੋ ਵਾਰ ਵੀ ਪਾ ਪਾ ਕੇ ਪੀਤੇ 골ਡਨ ਕਰਲ ਦਾ ਸੁਨਹਿਰੀ ਜੇ ਰੰਗ ਦਾ ਕੈਪਸੂਲ ਆਂਦਾ ਹਫ਼ਤੇ 'ਚ ਇੱਕ ਵਾਰ ਲੈਣਾ ਹੁੰ ਇੰਜੈਕਸ਼ਨ ਵੀ ਲਗਵਾਇਆ ਲੇਕਿਨ ਮੇਰਾ ਵਿਟਾਮਿਨ ਡੀ ਵਧਦਾ ਨਹੀਂ ਕਿਸੇ ਨੇ ਕਿਹਾ ਜੀ ਧੁੱਪ ਸੇ ਕਿਆ ਕਰੂ ਮੈਂ ਧੁੱਪ ਵੀ ਘੰਟਾ ਘੰਟਾ ਸੇਕੀ ਲੇਕਿਨ ਮੇਰੀ ਗੱਲ ਨਹੀਂ ਬੰਦੀ ਮੈਂ ਕਿਹਾ ਅੱਛਾ ਤੁਸੀਂ ਕੀ ਕਰਦੇ ਹੋ ਕਹਿੰਦੇ ਜੀ ਮੈਂ ਕੈਨੇਡਾ ਚ ਫੈਕਟਰੀ ਚ ਕੰਮ ਕਰਦਾ ਔਰ ਸਾਰੀ ਦਿਹਾੜੀ ਛਾਂਵੇਂ ਰਹਿਨੇ ਸਿਰਫ ਸਵੇਰੇ ਧੁੱਪ ਨਿਕਲਦੀ ਹੈ ਉਹਦਾ ਮੈਨੂੰ ਤਾਂ ਅਜ ਤੱਕ ਕੋਈ ਅਸਰ ਆਇਆ ਨਹੀਂ ਠੀਕ ਹੈ ਜੀ ਮੈਂ ਉਹਨਾਂ ਨੂੰ ਦੋ ਤਿੰਨ ਆਪਸ਼ਨ ਦਿੱਤੇ ਮੈਂ ਕਿਹਾ ਪਹਿਲਾਂ ਤਾਂ ਤੁਸੀਂ ਵੀਡੀਓ ਬਣਾ ਕੇ ਭੇਜੋ ਆਪਣੀ 20 25 ਸਕਿੰਟ ਦੀ ਉਹਨਾਂ ਨੇ ਵੀਡੀਓ ਬਣਾ ਕੇ ਭੇਜੀ ਉਹ ਉਹਦੇ ਚ ਨਾ ਗੋਡਾ ਲਚਕਾ ਕੇ ਚੱਲ ਔਰ ਕਟ-ਕਟ ਦੀਆਂ ਆਵਾਜ਼ਾਂ ਆਉਂਦੀਆਂ ਉਪਰੋਂ ਵਿਟਾਮਿਨ ਡੀ ਦੀ ਕਮੀ ਮੈਂ ਤਾਂ ਪਰੇਸ਼ਾਨ ਹੋ ਗਿਆ ਮੈਨੂੰ ਤਾਂ ਲੱਗਦਾ ਹੁਣ ਮੈਂ ਮੇਰਾ ਤਾਂ ਗੋਡਾ ਹੀ ਬਦਲਵਾਣਾ ਪੈਣਾ ਮੈਂ ਕਹਾ ਟੈਨਸ਼ਨ ਹੀ ਨਾ ਲਓ ਮੈਂ ਤੁਹਾਨੂੰ ਐਕਸਪੀਰੀਅੰਸ ਦੱਸ ਰਿਹਾ ਬੜਾ ਗਵਰਨਰ ਹੁੰਦਾ ਉਹਨਾਂ ਨੂੰ ਮੈਂ ਪਹਿਲਾਂ ਨਾਨ-ভেজ ਦਾ ਦੱਸਿਆ ਮੈਂ ਕਹਾ ਨਾਨ-ভেজ ਦੇ ਵਿੱਚ ਇੱਕ ਜਿਹੜੀ ਸੈਲਮਨ ਫਿਸ਼ ਹੁੰਦੀ ਹੈ ਜੰਗਲੀ ਮੱਛਲੀ ਉਹਦੇ ਅੰਦਰ ਵਿਟਾਮਿਨ ਡੀ ਪਾਇਆ ਜਾਂਦਾ ਔਰ ਜਿਹੜਾ ਐਗ ਯੋਕ ਹੈ ਯਾਨੀ ਕਿ ਅੰਡੇ ਦਾ ਜਿਹੜੀ ਪੀਲੀ ਜਰਦੀ ਹੁੰਦੀ ਹੈ ਉਹਦੇ ਅੰਦਰ ਵੀ ਵਿਟਾਮਿਨ ਡੀ ਪਾਇਆ ਜਾਂਦਾ ਉਹ ਕਹਿੰਦੇ ਜੀ ਮੈਂ ਨਾਨ-ਵੈਜੀਟੇਰੀਅ ਕੋਈ ਗੱਲ ਨਹੀਂ ਜੀ ਵੈਜੀਟੇਰੀਅਨ ਦੇ ਵਿੱਚ ਮੈਂ ਉਹਨਾਂ ਨੂੰ ਦੱਸਿਆ ਜੜੀ ਗਾਂ ਧੁੱਪੇ ਜ਼ਿਆਦਾ ਖੜੋਂਦੀ ਹੈ ਦੇਸੀ ਗਾਂ ਜਿਹੜਾ ਉਹਦੇ ਤੇ ਕੁੰਬ ਜਿਆ ਗੁੰਮੜ ਜਿਆ ਬਣਿਆ ਹੁੰਦਾ ਨਾ ਉਹ ਇੱਕ ਤਰ੍ਹਾਂ ਐਂਟੀਨੇ ਦਾ ਕੰਮ ਕਰਦਾ ਹੈ ਸੂਰਜ ਦੀ ਰੌਸ਼ਨੀ ਜਦੋਂ ਪੈਂਦੀ ਹੈ ਉਹਦੇ ਦੁੱਧ ਚ ਵਿਟਾਮਿਨ ਡੀ ਬਹੁਤ ਆਣਾ ਸ਼ੁਰੂ ਹੋ ਜਾਂਦਾ ਹੈ ਔਰ ਉਸ ਤੋਂ ਬਣਿਆ ਪਨੀਰ ਟੋਫੂ ਐ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਵਿਟਾਮਿਨ ਡੀ ਮਿਲਣਾ ਸ਼ੁਰੂ ਹੋ ਜਾਂਦਾ ਉਹ ਕਹਿੰਦੇ ਜੀ ਸਾਡੇ ਤਾਂ ਉੱਥੇ ਬਲੈਤੀ ਗਾਂ ਹੁੰਦੀ ਹੈ ਵਿਚਾਰ ਖਤਮ ਹੋ ਗਿਆ ਕੋਈ ਗੱਲ ਨਹੀਂ ਜੀ ਇਹ ਸਾਰੀਆਂ ਗੱਲਾਂ ਸੁਣਦੇ ਰਹਿਣਾ ਤੁਹਾਡੇ ਫਾਇਦੇ ਦੀਆਂ ਇਹ ਤੁਸੀਂ ਕਰ ਸਕਦੇ ਹੋ ਇਹਨਾਂ ਨੂੰ ਸਾਰਿਆਂ ਨੂੰ ਲਾਸਟ ਉਹਨਾਂ ਨੇ ਇੱਕ ਆਪਸ਼ਨ ਮੈਂ ਉਹਨਾਂ ਕੋਲ ਪੁੱਛਿਆ ਕਿ ਮਸ਼ਰੂਮ ਉਗਦੀ ਹੈ ਕਹਿੰਦੇ ਹਾਂਜੀ ਮਸ਼ਰੂਮ ਬਹੁਤ ਹੈ ਮਸ਼ਰੂਮ ਮੈਂ ਕਿਹਾ ਛਾਵੇਂ ਹੈ ਕਿ ਧੁੱਪੇ ਕਹਿੰਦੇ ਧੁੱਪੇ ਮੈਂ ਕਿਹਾ ਗੱਲ ਬਣ ਗਈ ਤੁਹਾਡੀ ਵਿਟਾਮਿਨ ਡੀ ਦੀ ਗੱਲ ਬਣ ਗਈ ਉਹ ਕਹਿੰਦੇ ਅੱਛਾ ਜੀ ਕੀ ਮੈਂ ਕੀ ਕਰਨਾ ਮੈਂ ਕਿਹਾ ਹੁਣ ਤੁਸੀਂ ਦੋ ਚੀਜ਼ਾਂ ਕਰੋ ਇੱਕ ਤਾਂ ਤੁਸੀਂ ਸਵੇਰੇ ਉੱਠ ਕੇ 5 ਮਿੰਟ ਧੁੱਪ ਲਗਵਾਓ ਧੁੰਨੀ ਵਾਲਾ ਏਰੀਆ ਜਿਹੜਾ ਪੇਟ ਦਾ ਡਾਇਰੈਕਟ ਧੁੱਪ ਠੀਕ ਹੈ ਔਰ 5 ਮਿੰਟ ਤੁਸੀਂ ਪਿੱਠ ਨੂੰ ਲਗਵਾਨੀ ਹੈ ਕਿਉਂਕਿ ਇੱਧਰ ਜਿਹੜਾ ਸਾਡਾ ਲਿਵਰ ਹੈ ਲਿਵਰ ਔਰ ਕਿਡਨੀ ਜਿਹੜੀ ਹੈ ਨਾ ਉਹ ਵਿਟਾਮਿਨ ਡੀ ਫਾਰਮੇਸ਼ਨ ਦੇ ਵਿੱਚ ਬਹੁਤ ਮਦਦ ਕਰਦੇ ਆ ਤੇ ਡਾਇਰੈਕਟ ਧੁੱਪ ਜਦੋਂ ਮਿਲਦੀ ਹੈ ਤੇ ਉਹਦੇ ਨਾਲ ਤੇਜ਼ੀ ਨਾਲ ਵਿਟਾਮਿਨ ਡੀ ਵਧਣਾ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਔਰ ਟਾਈਮ ਵੀ ਕਿੰਨਾ ਲੱਗਿਆ 5 ਮਿੰਟ ਇਹ ਪੇਟ ਵਾਲਾ ਏਰੀਆ 5 ਮਿੰਟ ਪਿੱਛੇ ਬੈਕ ਵਾਲਾ 10 ਮਿੰਟ ਡਾਇਰੈਕਟ ਧੁੱਪ ਲਗਵਾ ਲਓ ਖੁਸ਼ ਹੋ ਗਏ ਹੋ ਤਾਂ ਮੈਂ ਕਹਾਂ ਨਾਲ ਤੁਸੀਂ ਇਹਦਾ ਗੋਡੇ ਵਾਸਤੇ ਕਹਿੰਦੇ ਗੋਡੇ ਵਾਸਤੇ ਮੈਂ ਕਹਾਂ ਜੀ ਗੋਡੇ ਵਾਸਤੇ ਬੈਟਰ ਆਇਲ ਦਾ ਇਸਤੇਮਾਲ ਕਰੋ ਨਾਲ ਤੁੰਨੀ ਵਾਲਾ ਤੇਲ ਇਹ ਦੋਨੋਂ ਦੋ ਤਰ੍ਹਾਂ ਦੇ ਤੇਲ ਜਿਹੜੇ ਇਹਦੇ ਅੰਦਰ ਹੁੰਦੇ ਆ ਉਹਦੇ ਨਾਲ ਜਿਹੜੀ ਲਚਕ ਪੈ ਰਹੀ ਹੈ ਬੈਟਰ ਆਇਲ ਔਰ ਇੱਕ ਤੁੰਨੀ ਵਾਲਾ ਤੇਲ ਇਹਦੇ ਨਾਲ ਜਿਹੜੀ ਗ੍ਰੀਸ ਜਿਹੜੀ ਬੰਨੀ ਬੰਦ ਹੋ ਜਾਂਦੀ ਹੈ ਉਹ ਗ੍ਰੀਸ ਦੁਆਰਾ ਤੋਂ ਬੰਨੀ ਸ਼ੁਰੂ ਹੋ ਜੇਗੀ ਦੋ ਚੀਜ਼ਾਂ ਦਾ ਇਹ ਇਸਤੇਮਾਲ ਕਰ ਲਓ ਕਹਿੰਦੇ ਠੀਕ ਹੈ ਜੀ ਮੈਨੂੰ 2 ਮਹੀਨੇ ਬਾਅਦ ਅੱਜ ਵੀਡੀਓ ਆਇਆ ਮੇਰਾ ਤਾਂ ਜੀ ਪਰ ਮੈਂ ਇਸ ਤਰ੍ਹਾਂ ਨਾ ਕਿਸੇ ਦੀ ਚੰਗਾ ਨਹੀਂ ਲੱਗਦਾ ਕਿਸੇ ਦਾ ਵੀਡੀਓ ਜਾਂ ਫੋਟੋ ਆ ਸ਼ੇਅਰ ਕਰਨਾ ਪਰ ਉਹਨਾਂ ਦਾ ਵੀਡੀਓ ਅੱਜ ਮੇਰੇ ਕੋਲ ਆਇਆ ਤੇ ਉਹਦੇ ਚ ਉਹ ਤੇਜ਼ੀ ਨਾਲ ਚੱਲ ਰੇ ਪਾਰਕ ਦੇ ਵਿੱਚ ਜਦੋਂ ਕਿ ਪਹਿਲਾ ਵੀਡੀਓ 2 ਮਹੀਨੇ ਪਹਿ ਉਹ ਕਹਿੰਦੇ ਐਨਾ ਸੁਸ ਸੁਸ ਚੱਲ ਰਿਹਾ ਲਚਕ ਕੇ ਚੱਲ ਰਿਹਾ ਗੋਡਾ ਆਇਲ ਨੇ ਸੈੱਟ ਕਰਤਾ ਕਹਿੰਦੇ ਕਟਕਟ ਦੀਆਂ ਆਵਾਜ਼ਾਂ ਖਤਮ ਹੋ ਗਈਆਂ ਠੀਕ ਹੈ ਦੇਖੋ ਕਮਾਲ ਵਿਟਾਮਿਨ ਡੀ ਦਾ 2 2 ਮਹੀਨੇ ਉਹਨਾਂ ਨੇ ਕੀਤਾ ਇੱਕ ਤਾਂ ਮਸ਼ਰੂਮ ਖਾਧੀ ਠੀਕ ਹੈ ਤੇ ਧੁੱਪ ਸੇਕੀ 5 ਮਿੰਟ ਅੱਗੇ 5 ਮਿੰਟ ਪਿੱਛੇ ਠੀਕ ਹੈ ਔਰ ਇਸ ਤੋਂ ਇਲਾਵਾ ਧੁੱਪ ਚ ਪਾਣੀ ਰੱਖਿਆ ਉਹਨਾਂ ਨੇ ਕੱਚ ਦੀ ਬੋਤਲ ਚ ਪਾਣੀ ਰੱਖਤਾ ਥੱਲੇ ਫੱਟਾ ਰੱਖਿਆ ਲੱਕੜ ਦਾ ਠੀਕ ਹੈ ਹਰ ਰੋਜ਼ ਉਸ ਪਾਣੀ ਨੂੰ ਪੀਤਾ 15 20 ਦਿਨ 25 ਦਿਨ ਇਸ ਤੋਂ ਜ਼ਿਆਦਾ ਕੀਤਾ ਨਹੀਂ ਇੱਕ ਇੱਕ ਦਿਨ ਦੇ ਗੈਪ ਚ ਕਰਦੇ ਰਹੇ ਦੋ ਮਹੀਨੇ ਬਾਅਦ ਬੰਦਾ ਤਿੱਜੀ ਨਾਲ ਚੱਲ ਰਿਹਾ ਮੈਂ ਤਾਂ ਆਫਰਾਂ ਰਹਿ ਗਿਆ ਕਿ ਕੀ ਕਮਾਲ ਹੈ ਅੱਜ ਮੇਰੇ ਦਿਮਾਗ ਚ ਆਇਆ ਕਿ ਸਭ ਨਾਲ ਸ਼ੇਅਰ ਕਰਦਾ ਤਾਂ ਕਿ ਸਭ ਦਾ ਫਾਇਦਾ ਹੋ ਸਕੇ ਸਭ ਦਾ ਪਲਾ ਹੋ ਸਕੇ ਕਿਉਂਕਿ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਲੱਖਾਂ ਕਰੋੜਾ ਲੋਕਾਂ ਨੂੰ ਹੈ ਔਰ ਤੁਸੀਂ ਜੇ ਇਹਨਾਂ ਚੀਜ਼ਾਂ ਨੂੰ ਅਪਣਾ ਲਿਆ ਜਿਹੜੀਆਂ ਮੈਂ ਦਸੀਆਂ ਕਮਾਲ ਹੋ ਜਾਏਗੀ ਠੀਕ ਹੈ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਹਰ ਬਜ਼ੁਰਗ ਦੇ ਨਾਲ ਹਰ ਜਵਾਨ ਦੇ ਨਾਲ ਹਰ ਗਰੁੱਪ ਦੇ ਵਿੱਚ ਇਸ ਵੀਡੀਓ ਨੂੰ ਭੇਜਣਾ ਤਾਂ ਕਿ ਵਿਟਾਮਿਨ ਡੀ ਦੀ ਕਮੀ ਦੇ ਕਰਕੇ ਜਿੰਨੀਆਂ ਵੀ ਹੈ ਤਕਲੀਫਾਂ ਸਾਰਿਆਂ ਦੀਆਂ ਸਾਰੀਆਂ ਠੀਕ ਹੋ ਜਾਣ ਰਾਈਟ ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਦੇਖਣ ਵਾਸਤੇ ਔਰ ਸ਼ੇਅਰ ਕਰਨ ਵਾਸਤੇ ਜੇ ਗੋਡਿਆਂ ਦੇ ਆਪਰੇਸ਼ਨ ਵਾਸਤੇ ਕਿਸੇ ਨੂੰ ਕਹਿਤਾ ਹੈ ਜਾਂ ਸਰਵਾਈਕਲ ਸਲਿਪ ਡਿਸਕ ਦੀ ਪ੍ਰੋਬਲਮ ਹੈ نیچے ਮੇਰਾ WhatsApp ਨੰਬਰ ਆ ਰਿਹਾ ਹੈ ਉਸ ਤੇ ਆਪਣਾ ਮੈਸੇਜ ਭੇਜਣਾ 24 ਘੰਟੇ ਦੇ ਅੰਦਰ ਅੰਦਰ ਰਿਪਲਾਈ ਜਰੂਰ ਕਰਾਂਗਾ ਔਰ ਹੱਲ ਦੱਸਾਂਗਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮੱਚ ਗੋਡ ਬlesਸ ਯੂ एवरीवन